ਨਾਨਕ ਸਰ ਭਗਤੀ ਦਾ ਘਰ, ਉੱਥੇ ਕੋਈ ਜਿੱਤ ਹਾਰ ਦਾ ਅਸੀਸ ਨਹੀਂ ਮਿਲ ਰਹੀ। ਉੱਥੇ ਜੇ ਅਸੀਸ ਮਿਲਦੀ ਹੈ ਤੇ ਗੁਰੂ ਦੇ ਚਰਨਾਂ ਨਾਲ ਜੁੜਨ ਦੀ ਅਸੀਸ ਮਿਲਦੀ ਹੈ। ਬੋਲੋ ਸਤਨਾਮ। ਉੱਥੇ ਇਹ ਨਹੀਂ ਆਖਿਆ ਜਾਂਦਾ ਤੂੰ ਬੁਲਾਨਿਆਂ ਨੂੰ ਲੈ ਕੇ ਤੂੰ ਜਿੱਤ ਜਾਏਗਾ, ਤੂੰ ਬੁਲਾਨਿਆਂ ਨੂੰ ਲੈ ਕੇ ਆਈ ਉਹਨੇ ਤਾਂ ਹਾਰ ਹੀ ਜਾਣਾ। ਨਹੀਂ, ਜਿਹੜਾ ਬਾਬਾ ਜੀ ਦੇ ਚਰਨਾਂ ਵਿੱਚ ਆ ਗਿਆ ਜਾਂ ਪਿੱਛੇ ਆਏ ਜਾਂ ਜਿਹਨਾਂ ਨੇ ਆਉਣਾ ਹੈ, ਤੇ ਧੰਨ ਬਾਬਾ ਆਨੰਦ ਸਿੰਘ ਮਹਾਰਾਜ ਜੀ ਪਹਿਲਾਂ ਹੀ ਮਰਿਆਦਾ ਬਖਸ਼ਿਸ਼ ਕਰ ਗਏ, ਭਾਈ ਆ ਪੜ੍ਹ ਲਾ ਪਹਿਲਾਂ, ਜੇ ਇੱਥੇ ਦੇ ਦਰਸ਼ਨ ਕਰਨੇ ਨੇ ਜੀਵਨ ਕਾਲ ਵਿੱਚ ਤਰੱਕੀ ਚਾਹੁੰਦਾ ਹੈ ਤੇ ਤੈਨੂੰ ਗੁਰੂ ਦੇ ਚਰਨਾਂ ਨਾਲ ਜੁੜਨਾ ਪੈਣਾ, ਨਿਤਨੇਮ ਕਰਨਾ ਪੈਣਾ, ਸਿਮਰਨ ਕਰਨਾ ਪੈਣਾ, ਜਪਜੀ ਸਾਹਿਬ ਦੇ ਪਾਠ, ਮੂਲ ਮੰਤਰ ਗੁਰਮੰਤਰ, ਸੁਖਮਨੀ ਸਾਹਿਬ ਦੇ ਪਾਠ ਇਹ ਕਰਨੇ ਪੈਣੇ ਨੇ। ਇਹ ਮਤ ਮਰਿਆਦਾ ਹੈ, ਇਹ ਮਹਿਮਾ ਹੈ ਨਾਨਕ ਸਰ ਭਗਤੀ ਦਾ ਘਰ। ਅੱਜ ਵੀ ਕੋਈ ਵੀ ਘਰ ਬੁਲਾ ਲਵੇ ਸਾਧ ਸੰਗਤ, ਮਹਾਂਪੁਰਖ ਜਾਂਦੇ ਨੇ। ਆ ਬਾਬਾ ਹਰੀ ਸਿੰਘ ਜੀ ਜਾ ਕੇ ਆਏ ਨੇ ਮਲੇਸ਼ੀਆ, ਬੇਅੰਤ ਮਹਾਂਪੁਰਖ ਜਾਂਦੇ ਨੇ ਸਾਧ ਸੰਗਤ ਜੀ। ਬਾਬਾ ਸੁਖਦੇਵ ਸਿੰਘ ਜੀ ਪੁੱਛੋ ਬਾਣੀ, ਹੋਰ ਵੀ ਬੇਅੰਤ ਮਹਾਂਪੁਰਖ ਸਾਰੀਆਂ ਸੰਪਰਦਾ ਦੇ ਜਾਂਦੇ ਨੇ, ਦੇਸਾਂ ਵਿੱਚ ਵਿਦੇਸਾਂ ਵਿੱਚ ਜਾਂਦੇ ਨੇ, ਸਭ ਆਪੋ ਆਪਣੀ ਜਿਸ ਮਰਿਆਦਾ ਵਿੱਚ ਢਲੇ ਨੇ ਉਹ ਸਾਧ ਸੰਗਤ ਜੀ ਮਤ ਮਰਿਆਦਾ ਦਾ ਪ੍ਰਚਾਰ ਕਰ ਰਹੇ ਨੇ। ਪਰ ਨਾਨਕ ਸਰ ਭਗਤੀ ਦਾ ਘਰ ਇੱਥੇ ਪ੍ਰਚਾਰ ਨਹੀਂ, ਇੱਥੇ ਸੰਚਾਰ ਹੋ ਰਿਹਾ। ਬੋਲੋ ਸਤਨਾਮ। ਕਹਿੰਦੇ ਕਹਿ ਨਾ ਕਮਾ, ਧੰਨ ਬਾਬਾ ਕੁੰਦਨ ਸਿੰਘ ਮਹਾਰਾਜ ਜੀ ਨੇ ਤਾ ਜ਼ਿੰਦਗੀ ਤੇ ਸਾਧ ਸੰਗਤ ਜੀ ਕਿਸੇ ਨੂੰ ਕਿਹਾ ਨਹੀਂ, ਆਪ ਕਮਾਇਆ ਤੇ ਜਿਹੜਾ ਚਰਨਾਂ ਵਿੱਚ ਆ ਕੇ ਬੈਠ ਗਿਆ ਉਹਨੇ ਵੀ ਕਮਾਈਆਂ ਕੀਤੀਆਂ। ਬੋਲੋ ਸਤਨਾਮ। ਨਾਨਕ ਸਰ ਭਗਤੀ ਦੇ ਘਰ ਦੀ ਮਹਿਮਾ ਘਰ ਘਰ ਵੰਡ ਮਹਿਮਾ ਘਰ ਘਰ ਵੰਡ ਦੇ ਨੇ ਨਾਨਕ ਸਰ ਭਗਤੀ।
ਕਰ ਜੇ ਨਾਨਕ ਸਰ ਚੱਲੇ ਆ ਨਾ ਪ੍ਰਸ਼ਾਦੇ ਦੀ ਸੇਵਾ ਹੈ ਜਾਂ ਨਮਸਕਾਰ ਕਰਨ ਚੱਲਿਆ ਉੱਥੇ ਬੈਠ ਕੇ ਜਪਜੀ ਸਾਹਿਬ ਸੁਖਮਨੀ ਸਾਹਿਬ ਮੂਲ ਮੰਤਰ ਗੁਰਮੰਤਰ ਬੈਠ ਕੇ ਘਰ ਕਰਕੇ ਆ ਕਿਉਂਕਿ ਉਹ ਘਰ ਹੈ ਜਿਵੇਂ ਆਪਾਂ ਘਰ ਮਾਪੇ ਬਣਾ ਦਿੰਦੇ ਆ ਨਾ ਦੁਨੀਆਂ ਦੇ ਰਹਿਣ ਵਾਸਤੇ ਘਰ ਬਣਾ ਦਿੰਦੇ ਆ ਕੋਠੀਆਂ ਬਣਾ ਦਿੰਦੇ ਆ ਤੇ ਬਾਬਾ ਆਨੰਦ ਸਿੰਘ ਮਹਾਰਾਜ ਜੀਆਂ ਨੇ ਭਗਤੀ ਦਾ ਘਰ ਬਣਾਇਆ ਉਹਨਾਂ ਨੇ ਭਗਤੀ ਕੀਤੀ ਮੁਸ਼ਕਤਾਂ ਘਾਲੀਆਂ ਅੱਜ ਤੂੰ ਵੀ ਜਾ ਕੇ ਭਗਤੀ ਕਰ ਲਾ ਕੁਝ ਸਮਾਂ ਕੱਢ ਲਾ ਜਿੰਨਾ ਸਮਾਂ ਕੱਢ ਲੇਗਾ ਓਨੇ ਹੀ ਝੋੜੀਆਂ ਭਰ ਕੇ ਆ ਜਾਏਗਾ ਬੋਲੋ ਸਤਨਾਮ ਤੇ ਮੈਂ ਕਿਹਾ ਭਾਈ ਉੱਥੇ ਕੋਈ ਚਲੇ ਜਾਵੇ ਕਿਸੇ ਪਾਰਟੀ ਦਾ ਚਲੇ ਜਾਵੇ ਕਿਉਂਕਿ ਸਾਧੂ ਨਾ ਅਕਾਲੀ ਹੈ ਨਾ ਸਾਧ ਸੰਗਤ ਜੀ ਬੀਜੇਪੀ ਆ ਨਾ ਆਮ ਆਦਮੀ ਆ ਨਾ ਕਾਂਗਰਸੀ ਆ ਸਾਧੂ ਤਾਂ ਨਾਮ ਦਾ ਰਸੀਆ ਬੋਲੋ ਸਤਨਾਮ ਇਹ ਸ੍ਰੀ ਹਜ਼ੂਰ ਬਾਬਾ ਜੀ ਸਿਆੜ ਸਾਹਿਬ ਵਾਲਿਆਂ ਦੇ ਬਚਨ ਹੈ ਭਾਈ ਕਿਉਂਕਿ ਉਹਨਾਂ ਕੋਲੇ ਗ੍ਰਹਿ ਮੰਤਰੀ ਬੂਟਾ ਸਿੰਘ ਆਇਆ ਨਾ ਉਹਨੇ ਵੀ ਕੋਈ ਸਵਾਲ ਕੀਤਾ ਸੀ ਬਾਬਾ ਜੀ ਕਹਿਣ ਲੱਗੇ ਭਾਈ ਇੱਥੇ ਤਾਂ ਸੇ ਕੇਵਲ ਤੇ ਕੇਵਲ ਨਾਮ ਦੀ ਮਹਿਮਾ ਹੁੰਦੀ ਹੈ ਤੇ ਸਾਧ ਸੰਗਤ ਜੀ ਬਾਬਾ ਖੇਵ ਸਿੰਘ ਜੀ ਪੁੱਛੋ ਸਾਹਿਬ ਮਤ ਮਰਿਆਦਾ ਕੋਈ ਚਲੇ ਗਿਆ ਤੇ ਕੇਵਲ ਨਾਮ ਦੀ ਗੱਲ ਤੇ ਅਖੰਡ ਪਾਠ ਕਰਾਇਆ ਉਸ ਸਮੇਂ ਮੁੱਖ ਮੰਤਰੀ ਸੀ ਪ੍ਰਕਾਸ਼ ਸਿੰਘ ਬਾਦਲ ਇਹਨੇ ਅਖੰਡ ਪਾਠ ਕਰਾਇਆ ਅਖੰਡ ਪਾਠ ਦੀ ਸੰਪੂਰਨਤਾ ਹੀ ਹੋਈ ਪਿੰਡ ਵਾਲੇ ਆ ਗਏ ਪੰਚਾਇਤ ਵਾਲੇ ਆ ਗਏ ਇਕੱਠੇ ਹੋ ਗਏ ਤੇ ਬਾਬਾ ਜੀ ਕਹਿੰਦੇ ਹਾਂ ਭਾਈ ਕਹਿੰਦੇ ਜੀ ਮਿਲਣ ਆਇਆ ਕਹਿੰਦੇ ਕੀ ਗੱਲ ਹੋ ਗਈ ਕਹਿੰਦੇ ਕਾਰਟ ਬਣਾਉਣੇ ਆ ਤੇ ਬਾਬਾ ਜੀ ਕਹਿੰਦੇ ਭਾਈ ਇੱਥੇ ਨਾਮ ਦੀ ਗੱਲ ਆ ਕਾਰਟ ਬਣ ਕੇ ਗੇਟ ਤੋਂ ਬਾਹਰ ਬੋਲੋ ਸਤਨਾਮ ਜਿੱਥੇ ਵੀ ਤੁਹਾਡਾ ਪੰਚਾਇਤ ਘਰ ਆ ਸਾਰੇ ਨਗਰ ਤੇ ਬਣਾਓ ਭਾਈ ਬਣਾ ਕੇ ਜਾ ਭਾਈ ਉਹਨੂੰ ਕਹਿੰਦੇ ਪਰ ਕਾਰਡ ਬਣਨਗੇ ਉੱਧਰ ਇੱਥੇ ਤਾਂ ਜੇ ਕਾਰਟ ਬਣਨਾ ਕਾਰਟ ਛਪਣਾ ਨਾ ਜਿਵੇਂ ਆਪਾਂ ਵਿਆਹ ਸ਼ਾਦੀ ਦੇ ਕਾਰਡ ਛਪਾਉਂਦੇ ਆ ਇੱਥੇ ਤਾਂ ਦਰਗਾਹ ਦੇ ਕਾਰਡ ਛਪਦੇ ਆ ਨਿਤਨੇਮ ਸਿਮਰਨ ਦੇ ਕਾਰਡ ਛਪਦੇ ਆ ਬੋਲੋ ਸਤਨਾਮ ਤੁਸੀਂ ਦੇਖਿਆ ਹੀ ਹੈ ਬਰਸੀ ਤੋਂ ਪਹਿਲਾਂ ਕਾਰਡ ਛਪਾਉ ਬਣਦੇ ਹੁੰਦੀ ਸੀ ਨਾ ਕਾਰਟ ਬਾਬਾ ਅਜੈਬ ਸਿੰਘ ਜੀ ਨੇ ਬੜੀ ਸੇਵਾ ਕੀਤੀ ਹੈ ਸਾਈਕਲ ਤੋਂ ਲੈ ਕੇ ਸਾਈਕਲ ਤੇ ਪ੍ਰਚਾਰ ਕੀਤਾ ਮੂਹਰੇ ਟੋਕਰੀ ਤੇ ਗੁਟਕੇ ਰੱਖ ਲੈਣੇ ਹੈਂਡਲ ਨਾਲ ਮਾਲਾ ਟੰਗ ਲੈਣੀਆਂ ਘਰ ਘਰ ਜਾ ਕੇ ਸਾਧ ਸੰਗਤ ਜੀ ਪ੍ਰਚਾਰ ਕੀਤਾ ਇਹ ਭਗਤੀ ਦਾ ਘਰ ਹੈ।